ਗੰਗਾ ਸ਼ਿੰਗਾਰ ਤੀਆਂ ਦਾ, ਇਹ ਵੰਗਾ ਨੇ ਦਾਤੀਆਂ ਦਾ, ਇਹ ਵੰਗਾ ਸ਼ਿੰਗਾਰ ਤੀਆਂ ਦਾ, ਇਹ ਵੰਗਾ ਨੇ ਦਾਤੀਆਂ ਦਾ, ਵਿੱਚ ਸ਼ਗਨਾ ਦੇ ਚਾਈ ਚਾਈ, ਵਿੱਚ ਸ਼ਗਨਾ ਦੇ ਚਾਈ ਚਾਈ, ਮੈਂ ਬਾਬਲ ਤੋਂ ਇੰਨਾ ਆਸਾਨ ਨਹੀਂ ਹੈਗਾ ਡੈਡੀ, ਇਸ ਲਈ ਤਾਂ ਕੀ ਇਸ ਲਈ ਤਾਂ ਇਸ ਲਈ ਮੈਨੂੰ ਕੈਨੇਡਾ ਜਾਣਾ ਹੀ ਪੈਣਾ। ਨਾ ਤੂੰ ਧਰਮ ਸਿੰਘ ਨੂੰ ਮਿਲਿਆ ਨਹੀਂ ਤੇ ਫਿਰ ਤੂੰ ਕਿਵੇਂ ਕਹਿੰਦਾ ਕਿ ਵਿਆਹ ਨੂੰ ਭੁੱਲ ਜਾਓ? ਭੂਆ, ਨਵਜੋਤ ਥੋੜੇ ਦਿਨਾਂ ਵਾਸਤੇ ਆਇਆ ਹੋਇਆ ਹੈ, ਉਹਨੇ ਵਾਪਸ ਕੈਨੇਡਾ ਚਲੇ ਜਾਣਾ, ਉਹਨੇ ਨਹੀਂ ਰਹਿਣਾ ਇੱਥੇ। ਇੱਕ ਗੱਲ ਸੁਣ ਲੈ ਮੇਰੀ, ਉਹਨੂੰ ਸਮਝਾ ਦੇ ਕਿ ਜਾਂਦੇ ਹੋਏ ਐਵੇਂ ਝੂਠੀ ਮੂਠੀ ਆਸ਼ੀਰਵਾਦ ਲੈਣ ਦੀ ਲੋੜ ਨਹੀਂ, ਮੈਥੋਂ ਪੈਰੀਆਂ ਖਿਲਾ ਲਾ ਜੂਗਾ, ਪਰ ਇੱਥੋਂ ਗਾਲਾਂ ਹੀ ਮਿਲਣੀਆਂ, ਹੋਰ ਕੁਛ ਨਹੀਂ ਮਿਲਣਾ ਉਹਨੂੰ। ਰੁਕੋ, ਮੈਂ ਬੁਲਾ ਕੇ ਲਿਆਉਂਦੀ ਹਾਂ, ਬਸ ਰਹਿਣ ਦੇ। ਨਹੀਂ ਮਿਲਣਾ ਉਹਨੂੰ, ਲਾ ਕੇ ਲਿਆਉਂਦੀ ਹੈ ਇਹ, ਪਰ ਜੇ ਤੈਨੂੰ ਇੰਨਾ ਚਾਅ ਹੈ ਨਾ, ਤੈਨੂੰ ਵੀ ਕੈਨੇਡਾ ਭੇਜ ਦੇਣਾ ਉਹਦੇ ਨਾਲ ਹੀ। ਗੱਲ ਤਾਂ ਕੀ ਕਰਨੀ ਹੈ, ਬੁਲਾ ਕੇ ਲਿਆਊਗੀ ਉਹਨੂੰ। ਭਾਈ ਮੈਂ ਸ਼ਕਲ ਨਹੀਂ ਦੇਖਣਾ ਚਾਹੁੰਦਾ ਉਸ ਬੰਦੇ ਦੀ ਜਿਹੜਾ ਉਮੀਦਾਂ ਜਗਾ ਕੇ ਦੁਬਾਰਾ ਭੱਜਣ ਲੱਗਿਆ ਕੈਨੇਡਾ। ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਤੁਹਾਡਾ ਪੁੱਤ ਆ ਉਹ। ਨਹੀਂ ਸਾਡਾ ਪੁੱਤ ਉਹ, ਜੇ ਸਾਡਾ ਪੁੱਤ ਹੁੰਦਾ ਤਾਂ ਸਾਡੇ ਕੋਲੇ ਰਹਿੰਦਾ, ਸਾਡੀ ਸੇਵਾ ਕਰਦਾ। ਉਹਨੂੰ ਪਤਾ ਹੋਣਾ ਚਾਹੀਦਾ ਕਿ ਮਾਂ ਪਿਓ ਨੂੰ ਉਹਦੀ ਲੋੜ ਹੈ, ਪਰ ਨਹੀਂ ਪਰਵਾਹ ਉਹ ਸਾਡੀ, ਉਹਨੇ ਤੇ ਆਪਣੇ ਸੁਪਨੇ ਪੂਰੇ ਕਰਨੇ ਨਾ। ਕੈਨੇਡਾ ਚੰਗਾ ਲੱਗਦਾ ਉਹਨੂੰ, ਅਸੀਂ ਕੀ ਲੱਗਦੇ ਉਹਦੇ? ਜਦੋਂ ਉਹ ਸਾਡੇ ਤੋਂ ਬਿਨਾਂ ਸਾਰ ਸਕਦਾ, ਅਸੀਂ ਕਿਉਂ ਨਹੀਂ ਸਾਰ ਸਕਦੇ ਉਸ ਤੋਂ ਬਿਨਾਂ? ਉਹਨੂੰ ਕਿੰਨੀ ਵਾਰ ਸਮਝਾਇਆ ਮੈਂ, ਪਰ ਹੁਣ ਕੀ ਫਾਇਦਾ ਮੈਂ ਗੱਲਾਂ ਕਰਨ ਦਾ? ਜਾਣ ਦੇ ਉਹਨੂੰ, ਜਾਂ ਕਹਿ ਦੇ ਕੋਈ ਪੁੱਤ ਪਤ ਨਹੀਂ ਸਾਡਾ ਉਹ। ਇਸ ਤੋਂ ਚੰਗਾ ਸੀ ਉਹ ਨਾ ਹੀ ਸਾਡੇ ਘਰੇ ਜੰਮਦਾ, ਨਾ ਹੀ ਅਸੀਂ ਉਹ ਤੋਂ ਉਮੀਦਾਂ ਲਾਉਂਦੇ। ਤੁਸੀਂ ਇੰਨਾ ਗੁੱਸਾ ਨਾ ਕਰੋ, ਮੈਂ ਸਮਝਾਉਂਗੀ। ਗੁਰਮੀਤ, ਮੈਂ ਤੈਨੂੰ ਕਿਹਾ ਨਹੀਂ ਗੱਲ ਕਰਨੀ, ਇਹ ਗੱਲ ਕਰੂਗੀ ਉਹਦੇ ਨਾਲ ਕੀ ਸਮਝਾਏਗੀ ਤੁਹਾਨੂੰ? ਬਹੁਤ ਸਮਝਦਾਰ ਆ ਉਹ ਤਾਂ ਮੈਨੂੰ ਸਮਝਾਉਣ ਨੂੰ ਫਿਰਦਾ। ਇੱਕ ਤਾਂ ਵਿੱਕੀ ਨੇ ਮੈਨੂੰ ਫੋਨ ਕਰ ਕਰਕੇ ਪਰੇਸ਼ਾਨ ਕਰਤਾ, ਸਵੇਰ ਦਾ ਫੋਨ ਕਰੀ ਜਾ ਰਿਹਾ, ਕੀ ਕਰਾਂ ਮੈਂ ਇਸ ਬੰਦੇ ਦਾ? ਨਹੀਂ ਡੈਡ, ਨਹੀਂ ਚੱਕਣਾ ਇਹਨੇ, ਸਵੇਰ ਦਾ ਕਈ ਵਾਰ ਟਰਾਈ ਕਰ ਚੁੱਕੇ, ਚੱਕ ਨਹੀਂ ਰਹੀ। ਕਰੀ ਜਾ ਟਰਾਈ, ਕਰੀ ਜਾ ਟਰਾਈ,
ਕਹਿੰਦੇ ਹੈ ਟਰਾਈ ਕਰਨ ਨਾਲ ਤਾਂ ਅੱਜ ਕੱਲ ਰੱਬ ਮਿਲ ਜਾਂਦਾ। ਇਹ ਤਾਂ ਫਿਰ ਤੇਰਾ ਰੁੱਠੜਾ ਯਾਰ ਹੈ। ਸਵਾਦ ਆ ਗਿਆ ਜਮੀ ਹੁਣ ਤਾਂ ਜਦ ਤੱਕ ਰੁੱਠੜਾ ਯਾਰ ਚੱਕਦਾ ਨੀ ਨਾ ਮੈਂ ਵੀ ਹੱਟਣਾ। ਆਪਣੀ ਗੱਲ ਵਿੱਚ ਹੀ ਰਹਿ ਜਾਣਗੇ। ਦੇਖ ਪ੍ਰੀਤ, ਤੇਰੇ ਲਈ ਮੈਂ ਆਪਣੇ ਡੈਡ ਨੂੰ ਛੱਡਤਾ, ਉਹਨਾਂ ਦਾ ਪੈਸਾ ਛੱਡਤਾ, ਘਰ ਦਾ ਐਸ਼ੋ ਆਰਾਮ ਛੱਡਤਾ, ਤੇ ਰਾਂਝਾ ਬਣ ਕੇ ਨੌਕਰੀ ਕਰਨ ਲੱਗ ਪਿਆ, ਉਹ ਵੀ 4,000 ਦੀ। ਯਾਰ ਤੂੰ ਮੇਰੇ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦੀ? ਹਾਂ ਨਹੀਂ ਰੱਖਣਾ ਮੈਂ ਵਾਸਤਾ, ਬਸ ਦੋਸਤੀ ਤੱਕ ਨਹੀਂ, ਕਿਸੇ ਚੀਜ਼ ਦਾ ਵੀ ਨਹੀਂ। ਪ੍ਰੀਤ ਐ ਨਾ ਕਹਿ, ਪਲੀਜ਼, ਮੇਰੀ ਤਾਂ ਜ਼ਿੰਦਗੀ 'ਚ ਹਨੇਰਾ ਹੋ ਜਾਣਾ ਯਾਰ, ਹੈਂ, ਮੇਰੇ ਕੋਲ ਤਾਂ ਖੁਦਕੁਸ਼ੀ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿਣਾ। ਕਰ, ਛੇਤੀ ਕਰ, ਛੇਤੀ ਮਰ ਤੂੰ, ਤੇ ਜਿਸ ਦਿਨ ਤੂੰ ਮਰੇਗਾ ਨਾ, ਮੇਰੇ ਤੋਂ ਜ਼ਿਆਦਾ ਖੁਸ਼ ਹੋਰ ਕੋਈ ਨਹੀਂ ਹੋਏਗਾ। ਉਹ ਤਾਂ ਮਰਨ ਨੂੰ ਕਹਿੰਦੀ ਹੈ, ਐਂ ਕਿੱਦਾਂ ਮਰ ਜਾਵਾਂ? ਉਹ ਕੁੱਤਿਆ, ਤੂੰ ਡਰਾਬਾ ਦੇਣਾ ਮਰਨ ਦਾ, ਮਰਨਾ ਥੋੜ੍ਹੀ ਹੈ ਸੱਚੀ। ਹਾਂ ਸੱਚ, ਦੇਖ ਪ੍ਰੀਤ, ਮੈਂ ਸੱਚੀ ਖੁਦਕੁਸ਼ੀ ਕਰ ਲੈਣੀ ਹੈ, ਤੇ ਤੂੰ ਮੇਰੇ ਡੈਡ ਨੂੰ ਜਾਣਦੀ ਨਹੀਂ, ਉਹ ਬਹੁਤ ਕਪੱਤੇ ਆ, ਉਹਨਾਂ ਨੇ ਸਾਰਾ ਇਲਜ਼ਾਮ ਤੇਰੇ ਤੇ ਲਾ ਦੇਣਾ। ਲਾ ਦੇਵੇ, ਜਿੰਨੇ ਇਲਜ਼ਾਮ ਲਾਣੇ ਆ ਨਾ ਲਾ ਦੇਵੇ, ਮੈਨੂੰ ਕੋਈ ਪਰਵਾਹ ਨਹੀਂ ਹੈ। ਯਾਰ ਮੈਨੂੰ ਤਾਂ ਪਰਵਾਹ ਹੈ ਨਾ, ਮੈਂ ਨਹੀਂ ਚਾਹੁੰਦਾ ਵੀ ਜਿਹਨੂੰ ਮੈਂ ਪਿਆਰ ਕਰਦਾ ਉਹਦੇ 'ਤੇ ਕੋਈ ਇਲਜ਼ਾਮ ਲਾਵੇ, ਫਿਰ ਉਹ ਚਾਹੇ ਮੇਰਾ ਸਕਾ ਪਿਓ ਕਿਉਂ ਨਾ ਹੋਵੇ। ਵਿੱਕੀ, ਤੈਨੂੰ ਖੁਦ ਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਤੂੰ ਕਿੰਨਾ ਗਿਰਿਆ ਹੋਇਆ ਇਨਸਾਨ ਹੈ। ਤੈਨੂੰ ਪਤਾ ਤੂੰ ਮੈਨੂੰ ਜਿੰਨੀ ਜਿੰਨੀ ਵਾਰੀ ਫੋਨ ਕਰ ਰਿਹਾ ਨਾ, ਉਨੀ ਵਾਰ ਮੇਰੇ ਦਿਲ 'ਚ ਤੇਰੇ ਲਈ ਨਫ਼ਰਤ ਹੋਰ ਵੀ ਵੱਧ ਜਾਂਦੀ। ਮੈਂ ਤੈਨੂੰ ਕਿੰਨੀ ਵਾਰੀ ਕਹਾਂ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਨਹੀਂ ਕਰਨੀ, ਨਹੀਂ ਕਰਨੀ, ਤੇ ਨਾ ਹੀ ਮੈਂ ਤੇਰੇ ਤੋਂ ਡਰਦੀ ਹਾਂ, ਨਾ ਮੈਨੂੰ ਕਿਸੇ ਚੀਜ਼ ਦੀ ਪਰਵਾਹ ਹੈ। ਬਸ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ। ਯਾਰ ਦਿਨ 'ਚ ਇੱਕ ਵਾਰ ਵੀ ਨਹੀਂ, ਅੱਧੀ ਵਾਰ ਵੀ ਨਹੀਂ, ਆਈ ਗੱਲ ਸਮਝ? ਲੜ ਗੱਲ ਨਹੀਂ, ਮੈਂ ਹੱਟ ਪਿੱਛੇ, ਤੇਰੀ ਗੱਲ ਕਦੇ ਬਣਨੀ ਵੀ ਨਹੀਂ। ਕਮਲਾ, ਲੱਗਦਾ ਗੁੱਸੇ ਹੋ ਗਏ। ਸਰ ਆ ਲਓ ਜੀ, ਆਹ ਵੀ ਕੰਮ ਕਰਤਾ, ਆਹ ਵੀ ਕਰਤਾ, ਇਹਨਾਂ 'ਚੋਂ ਆਹ ਦੋ ਫਾਈਲਾਂ ਰਹਿ ਗਈਆਂ ਜੀ, ਮੈਂ ਇਹ ਵੀ ਚੱਕ ਦੇਣੀਆਂ ਸੀ ਜੇ ਤੁਸੀਂ ਮੈਨੂੰ ਨਾ ਬੁਲਾਉਂਦੇ। ਚੱਕ ਦੇਣੀਆਂ ਸੀ? ਇਹ ਕਿਹੜੀ ਭਾਸ਼ਾ ਬਈ? ਸੋਰੀ ਸਰ, ਪਿੰਡਾਂ ਵਾਲੇ ਬੰਦੇ ਆ ਨਾ, ਕਈ ਵਾਰੀ ਜਵਾਨ ਫਿਸਲ ਜਾਂਦੀ ਹੈ। ਦੇਖ ਮਿਸਟਰ ਬਿੱਟੂ, ਹੁਣ ਤੂੰ ਮੇਰਾ ਅਕਾਊਂਟੈਂਟ ਹੈ, ਤੇ ਕਿਤੇ ਕਲਾਇੰਟ ਨੇ ਐਸੀ ਭਾਸ਼ਾ ਵਿੱਚ ਗੱਲਾਂ ਕਰ ਲਈ? ਨਾ ਨਾ ਜੀ, ਕਿਹੋ ਜਿਹੀ ਗੱਲਾਂ ਕਰਦੇ ਹੋ? ਕਲਾਇੰਟਸ ਨਾਲ ਤਾਂ ਮੈਂ ਨੇਰੀ ਅੰਗਰੇਜ਼ੀ 'ਚ ਗੱਲ ਕਰੂੰਗਾ, ਬਸ ਤੁਸੀਂ ਮੈਨੂੰ ਥੋੜ੍ਹਾ ਟਾਈਮ ਦੇ ਦਿਓ, ਅਤੇ ਆਹ ਪਹਿਲਾਂ ਮੈਂ ਹੀ ਦੇਖ ਲੈਣਾ। ਬਸ ਬਸ ਰਹਿਣ ਦੇ, ਆਪੇ ਕਰ ਲੈਣਾ, ਤੂੰ ਉਹ ਸਟੇਟਮੈਂਟ ਤਿਆਰ ਕਰ ਦੇ। ਠੀਕ ਹੈ ਜੀ, ਫਿਰ ਤੁਸੀਂ ਉਹ ਕਰ ਲਓ, ਜਦ ਤੱਕ ਮੈਂ ਸਟੇਟਮੈਂਟ ਚੱਕ ਦਿੰਦਾ। ਫਿਰ ਚੱਕ ਦਿੰਦਾ? ਮੇਰਾ ਮਤਲਬ ਤਿਆਰ ਕਰ ਦਿੰਦਾ।
ਬਿੱਟੂ ਜਲਦੀ ਆ ਯਾਰ। ਹਾਂਜੀ ਸਰ, ਹੁਣ ਕਿਉਂ ਗਿਆ? ਉਹ ਯਾਰ ਮੈਂ ਕਿੱਟੀ ਦੇ ਘਰ ਜਾਣਾ ਸੀ, ਉਸਦੀ ਮੰਮੀ ਨੇ ਮੈਨੂੰ ਡਿਨਰ 'ਤੇ ਸੱਦਿਆ, ਲੇਟ ਹੋ ਗਿਆ। ਤੂੰ ਇਹਦਾ ਕਰ, ਇਹ ਸਾਰੀ ਫਾਇਦਾ ਤੂੰ ਹੀ ਚੱਕ ਦੇ, ਠੀਕ ਹੈ? ਅੱਛਾ ਜੀ, ਹੈਲੋ ਸੀਨੀਅਰ ਬਿੱਟੂ ਅਕਾਊਂਟੈਂਟ ਸਾਫ ਸਪੀਕਿੰਗ। ਸੀਨੀਅਰ ਦੇ ਲੱਗਦੇ ਆ, ਕੱਲਾ ਤਾਂ ਤੂੰ ਅਕਾਊਂਟੈਂਟ ਹੈ, ਸੀਨੀਅਰ ਲਾਉਣ ਦੀ ਕੀ ਲੋੜ ਹੈ? ਓ ਵੱਡੇ ਮੈਡਮ ਜੀ, ਸਤਿ ਸ੍ਰੀ ਅਕਾਲ ਜੀ, ਨਹੀਂ ਨਹੀਂ ਪੈਰੀ ਪੈਣਾ ਜੀ, ਮੇਰਾ ਮਤਲਬ ਜੀ ਮੈਂ ਤਾਂ ਜੀ ਐਵੇਂ ਟਾਈਮ ਪਾਸ ਜਿਹਾ ਕਰ ਰਿਹਾ ਸੀ। ਇੰਦਰ ਨਾਲ ਗੱਲ ਕਰਾ। ਸਰ ਨਾਲ ਜੀ? ਸਰ ਤਾਂ ਹੈ ਨਹੀਂ ਜੀ ਆਫਿਸ 'ਚ। ਹੈ ਨਹੀਂ, ਕਿੱਥੇ ਗਿਆ? ਉਹ ਕਿੱਟੀ ਮੈਡਮ ਦੇ ਘਰ ਗਏ ਨੇ, ਉਹਨਾਂ ਦੀ ਮੰਮੀ ਨੂੰ ਹੋਸਪਿਟਲ 'ਤੇ ਛੁੱਟੀ ਮਿਲ ਗਈ ਸੀ ਨਾ, ਤਾਂ ਕਰਕੇ ਉਹਨਾਂ ਦੀ ਮੰਮੀ ਨੇ ਇਹਨਾਂ ਨੂੰ ਇਨਵਾਈਟ ਕੀਤਾ ਸੀ ਡਿਨਰ 'ਤੇ, ਉੱਥੇ ਗਏ ਨੇ। ਇਹਦਾ ਮਤਲਬ ਉਹਦੇ ਘਰ ਚਲੇ ਗਿਆ। ਕਿਉਂ, ਜਾਣਾ ਨਹੀਂ ਚਾਹੀਦਾ ਸੀ? ਚੁੱਪ ਕਰ, ਮੈਨੂੰ ਇੱਕ ਗੱਲ ਦੱਸ। ਲੈ ਮੈਡਮ, ਨਾਲੇ ਤਾਂ ਕਹਿ ਰਹੇ ਹੋ ਚੁੱਪ ਕਰ, ਨਾਲੇ ਕਿਹਨੂੰ ਗੱਲ ਦੱਸ, ਹੁਣ ਦੋਨਾਂ 'ਚ ਇੱਕੋ ਹੀ ਕੰਮ ਹੋ ਸਕਦਾ ਨਾ ਇੱਕ ਟਾਈਮ 'ਤੇ। ਮਰ ਜਾਣੇ ਆ, ਬਾਹਲਾ ਨਾ ਬੋਲ ਅਤੇ ਮੇਰੀ ਗੱਲ ਦਾ ਜਵਾਬ ਦੇ। ਪੁੱਛੋ। ਰਿੰਦਰ ਨੂੰ ਨਹੀਂ ਦੱਸਣਾ? ਨਾ ਨਾ ਜੀ, ਅੱਗੇ ਕਦੇ ਕੀਤੀ ਗੱਲ ਮੈਂ ਜਿਹੜੀ ਹੁਣ ਕਰੂੰਗਾ, ਤੁਸੀਂ ਪੁੱਛੋ ਜੋ ਕੁਛ ਪੁੱਛਣਾ। ਤੂੰ ਮੈਨੂੰ ਐਂ ਦੱਸ, ਇੰਦਰ ਕਿੱਟੀ ਨੂੰ ਪਸੰਦ ਕਰਦਾ? ਹਾਂ ਤਾਂ ਜੀ, ਤੁਸੀਂ ਉਹੀ ਗੱਲ ਸੋਚੀ ਜਿਹੜੀ ਮੇਰੇ ਦਿਮਾਗ 'ਚ ਚੱਲਦੀ ਹੈ ਕਈ ਦਿਨਾਂ ਤੋਂ। ਮੈਂ ਜਿੰਨਾ ਪੁੱਛਿਆ ਓਨਾ ਜਵਾਬ ਦੇ। ਅੱਛਾ, ਸਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਡਮ ਦੇ ਦਿਲ 'ਚ ਬਹੁਤ ਕੁਛ ਆ, ਅਤੇ ਜਿਹੜੇ ਇੰਦਰ ਸਰ ਨੇ ਨਾ, ਇੰਦਰ ਸਰ ਨਾ ਕਿੱਟੀ ਮੈਡਮ ਦੇ ਕੰਮ ਤੋਂ ਬਹੁਤ ਖੁਸ਼ ਨੇ, ਬੜੇ ਹੱਸ ਹੱਸ ਗੱਲਾਂ ਕਰਦੇ ਨੇ ਜੀ। ਇੰਦਰ ਸਰ ਦੇ ਦਿਲ ਵਿੱਚ ਕੀ ਆ ਇਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ, ਪਰ ਹਾਂ ਕਿੱਟੀ ਮੈਡਮ ਦੇ ਦਿਲ ਵਿੱਚ ਇੰਦਰ ਸਰ ਲਈ ਬਹੁਤ ਕੁਛ ਹੈ। ਬੇਬੇ ਆ ਜਾਂਦਾ, ਗੱਲ ਹੀ ਕੁਛ ਐਸੀ ਹੈ, ਨਾਲੇ ਵਿਚਾਰਾ ਧਰਮ ਸਿੰਘ ਤਾਂ ਬਹੁਤ ਦੁਖੀ ਹੋਣਾ ਨਾ। ਨਾ ਨਾ, ਧਰਮ ਸਿੰਘ ਤਾਂ ਭੰਗੜੇ ਪਾਉਂਦਾ ਫਿਰਦਾ ਵੀ ਮੇਰਾ ਮੁੰਡਾ ਬਾਹਰ ਜਾ ਰਿਹਾ। ਲੈ ਫੇਰ ਉਹੀ ਗੱਲ, ਕੀ ਕਰਾਂ, ਤੂੰ ਗੱਲ ਹੀ ਪੁੱਠੀ ਕਰ ਦਿੱਤੀ ਪਹਿਲਾਂ। ਨਾ ਮੈਂ ਹੁਣ ਆਪਣੀ ਜ਼ਬਾਨ ਨੂੰ ਜਿੰਦਾ ਲਾ ਲਾਂ, ਕੋਈ ਜਵਾਬ ਤਾਂ ਸਰਨਾ ਹੀ ਹੈ ਨਾ। ਮੈਨੂੰ ਤਾਂ ਸੋਚ ਲੱਗੀ ਪਈ ਹੈ ਸੰਤੋ, ਵੀ ਕੁੜੀਆਂ ਦੇ ਭਾਗਾਂ ਨੂੰ ਪਤਾ ਨਹੀਂ ਕੀ ਹੋ ਗਿਆ, ਜਿੱਥੇ ਵੀ ਗੱਲ ਤੋਰੀ ਦੀ ਆ ਨੰਨਾ ਪੈ ਜਾਂਦਾ ਭਾਈ। ਤੂੰ ਇੱਕ ਕੰਮ ਕਰ ਬੇਬੇ, ਹਾਂ ਟਿੱਬੀ ਵਾਲੇ ਬਾਬੇ ਕੋਲ ਜਾ, ਹਾਂ ਬੜਾ ਪਹੁੰਚਿਆ ਹੋਇਆ ਬਾਬਾ। ਅੱਛਾ, ਦੇਖ ਲਾ, ਮੈਂ ਇੱਕੋ ਵਾਰੀ ਗਈ ਸੀ, ਘਰ ਚ ਪੂਰੀ ਸ਼ਾਂਤੀ ਹੋ ਗਈ, ਮੇਰੀਆਂ ਨੂੰਹਾਂ ਹੁਣ ਫੁਸਕਦੀਆਂ ਨੀ। ਅੱਛਾ, ਪਰ ਕਿੱਥੇ ਬਹਿੰਦਾ ਟਿੱਬੀ ਵਾਲਾ ਸੰਤ? ਲੈ ਆ ਪਿੰਡ ਦੇ ਬਾਹਰ ਟਿੱਬੀ ਹੈ, ਉੱਥੇ ਬਹਿੰਦਾ, ਹੋਰ ਗਾਹਾਂ ਜਾ ਕੇ ਸ਼ਿਮਲੇ ਬਹਿੰਦਾ। ਲੈ ਉਹ ਤਾਂ ਭਾਈ ਬਹੁਤ ਉੱਚੀ ਹੈ, ਉੱਥੇ ਕੌਣ ਚੜੂਗਾ? ਜੇ ਤੂੰ ਕੁੜੀਆਂ ਦੇ ਭਾਗ ਜਗਾਉਣੇ ਆ ਨਾ, ਤਾਂ ਉੱਥੇ ਤਾਂ ਭਾਈ ਜਾਣਾ ਹੀ ਪੈਣਾ। ਵਾਹਿਗੁਰੂ ਦਾ ਨਾਂ ਲੈ ਕੇ ਚੜ ਜਾ, ਪ੍ਰਸ਼ਾਦ ਚ ਅੰਬ ਦਿੰਦਾ ਹੈ, ਬੰਦੇ ਨੇ ਅੰਬ ਚੂਪਿਆ ਨੀ ਤੇ ਕੰਮ ਫਤਿਹ ਨੀ।
ਤੂੰ ਮੇਰੇ ਨਾਲ ਮਸਕਰੀ ਤਾਂ ਨਹੀਂ ਕਰਦੀ? ਅੱਜ ਕੱਲ ਕੋਈ ਅੰਬਾਂ ਦਾ ਮੌਸਮ ਹੈ? ਹਾਂ, ਮੈਂ ਸੁਣਿਆ ਬਾਬਾ ਅੱਜ ਕੱਲ ਸੇਵ ਦਿੰਦਾ। ਜੇ ਸੱਚੀ ਪੁੱਛੇ ਨਾ ਸੰਤੋ, ਮੈਂ ਵੀ ਨਾ ਕਿਸੇ ਪੰਡਿਤ ਕੋਲੇ ਪੁੱਛ ਲੈਣ ਨੂੰ ਫਿਰਦੀ ਸੀ। ਛੱਡ ਪਰਾਂ ਪੰਡਤਾਂ ਪੁੰਡਤਾਂ ਨੂੰ, ਤੂੰ ਮੇਰੇ ਆਖੇ ਬਾਬੇ ਕੋਲ ਜਾ, ਸਭ ਕੰਮ ਠੀਕ ਹੋ ਜੂ। ਅੱਛਾ, ਜੇ ਤੂੰ ਕਹਿੰਦੀ ਆ ਤਾਂ ਮੈਂ ਬਾਬੇ ਕੋਲ ਜਾ ਆਉਂਦੀ ਹਾਂ, ਕੀ ਪਤਾ ਭਾਈ ਕੰਮ ਠੀਕ ਹੀ ਹੋ ਜਾਏ। ਮੈਂ ਤੈਨੂੰ ਕਹਿ ਜੋ ਦਿੱਤਾ, ਮੈਂ ਤੈਨੂੰ ਕਿਸੇ ਪਖੰਡੀ ਕੋਲ ਨਹੀਂ ਭੇਜਣ ਲੱਗੀ, ਸਭ ਠੀਕ ਹੋ ਜੂ। ਇਹ ਗੱਲ ਤਾਂ ਠੀਕ ਹੈ ਤੇਰੀ। ਸੱਚ ਬੇਬੇ, ਧਰਮ ਸਿੰਘ ਦਾ ਮੁੰਡਾ ਨਵਜੋਤ, ਹਾਂ, ਮੇਰੇ ਮੁੰਡੇ ਨੂੰ ਵੀਜ਼ਾ ਭੇਜ ਦਿਓ, ਉਹ ਵਿਚਾਰਾ ਜਾਣ ਨੂੰ ਫਿਰ ਗਿਆ। ਨੀ, ਤੂੰ ਆਪਦਾ ਲਾਹਾ ਲੈਣ ਨੂੰ ਫਿਰਦੀ ਆ, ਦੱਸਾਂ ਤੈਨੂੰ ਮੈਂ? ਛੱਡ ਪਰਾਂ ਮਖੌਲ ਨੂੰ, ਮੈਨੂੰ ਲੱਗਦਾ ਸਾਲ ਕੋਲੋਂ ਨਾ ਤੇਰੇ ਵਾਸਤੇ ਅੰਬ ਲਿਆਉਣਾ ਪਊ, ਤੇਰਾ ਤਾਂ ਦਿਮਾਗ ਖਰਾਬ ਹੋ ਗਿਆ। ਤੂੰ ਉੱਤਰ ਤਾਂ ਥੱਲੇ, ਦੇਵਾਂ ਤੈਨੂੰ ਮੈਂ ਪਤਾ। ਓਹੋ ਬੇਬੇ, ਤੂੰ ਤਾਂ ਉਹ ਗੁੱਸਾ ਖਾ ਜਾਂਦੀ ਆ, ਚੜ ਜਾਂਦੀ ਆ ਉਹੀ, ਚੜੀ ਤਾਂ ਤੂੰ ਬੈਠੀ ਆ, ਮੈਂ ਤਾਂ ਥੱਲੇ ਬੈਠੀ ਆ। ਉਹ ਮੈਨੂੰ ਮਾਫ ਕਰ ਦੇ ਬਾਬਾ, ਕਰਦੀ ਕੀ ਹੈ ਮੇਰੇ ਨਾਲ ਹੈ। ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਡੈਡੀ ਜੀ ਕਿ ਮੇਰਾ ਕੈਨੇਡਾ ਜਾਣਾ ਕਿੰਨਾ ਜ਼ਰੂਰੀ ਆ, ਮੈਂ ਇੱਥੇ ਨਹੀਂ ਰੁਕ ਸਕਦਾ। ਹੁਣ ਖੜਾ ਕੀ ਸੰਗੀ ਜਾਏਗਾ, ਕੁਛ ਬੋਲੇਗਾ ਵੀ, ਝੂਠੇ ਹੀ ਹਾਂ ਕਹਿ ਦੇ, ਮੈਂ ਖੁਸ਼ ਹੋ ਜੂੰਗੀ। ਆਹੋ, ਕਰ ਰਿਹਾ ਸੀ ਤੇਰਾ ਇੰਤਜ਼ਾਰ। ਤੇ ਲੈ ਫਿਰ ਆ ਗਈ ਮੈਂ। ਹੁਣ ਮੈਨੂੰ ਇਹ ਦੱਸ ਕਿ ਮੈਂ ਕਿਹੋ ਜਿਹੀ ਲੱਗ ਰਹੀ ਹਾਂ? ਸੋਹਣੀ ਲੱਗਦੀ ਹਾਂ। ਬਸ ਸੋਹਣੀ? ਜਾ ਨਵਜੋਤ, ਤੈਨੂੰ ਤਾਂ ਨਾ ਤਾਰੀਫਾਂ ਕਰਨੀਆਂ ਭੁੱਲ ਚੁੱਕੀਆਂ ਨੇ। ਓ ਹਾਂ, ਸੱਚ ਤੇਰੇ ਅੱਗੇ ਤਾਂ ਮੇਮਾਂ ਘੁੰਮਦੀਆਂ ਫਿਰਦੀਆਂ ਨੇ, ਤੈਨੂੰ ਤਾਰੀਫਾਂ ਦੀ ਕਿੱਥੋਂ ਯਾਦ ਆਉਣੀ ਹੈ। ਪਰ ਕਾਕਾ ਇੱਕ ਗੱਲ ਯਾਦ ਰੱਖੀ, ਜੇ ਤੂੰ ਇੱਥੇ ਰਹਿਣਾ ਹੈ ਨਾ ਤਾਂ ਕੁੜੀਆਂ ਦੀਆਂ ਤਾਰੀਫਾਂ ਕਰਨੀਆਂ ਹੀ ਪੈਣੀਆਂ, ਨਹੀਂ ਤਾਂ ਕੁੜੀਆਂ ਨੇ ਤੇਰੀ ਨਾ ਸ਼ਕਲ ਤੱਕ ਨਹੀਂ ਦੇਖਣੀ। ਉਲਟਰੂ ਜਿਹਾ ਪਿੰਕੀ, ਮੈਂ ਇੱਥੇ ਨਹੀਂ ਰਹਿਣਾ, ਮੈਂ ਕੈਨੇਡਾ ਵਾਪਿਸ ਜਾ ਰਿਹਾ। ਤੈਨੂੰ ਮੈਂ ਹੀ ਲੱਭੀ ਸੀ ਸਵੇਰੇ ਸਵੇਰੇ, ਮੈਂ ਸ਼ਕਲੋਂ ਹੀ ਬੇਵਕੂਫ ਲੱਗਦੀ ਹਾਂ, ਹੈ ਨੀ ਬੱਠਾ ਆਇਆ ਕੈਨੇਡਾ ਜਾਣ ਵਾਲਾ। ਮੈਂ ਸੱਚ ਕਹਿ ਰਿਹਾ ਪਿੰਕੀ, ਬਹੁਤ ਛੇਤੀ ਵਾਪਿਸ ਜਾ ਰਿਹਾ ਮੈਂ। ਪਰ ਤੂੰ ਤਾਂ ਹਮੇਸ਼ਾ ਲਈ ਵਾਪਿਸ ਆਇਆ ਸੀ। ਯਾਰ, ਇਹ ਗਲਤ ਫਹਿਮੀ ਕਾਹਤੋਂ ਪਾਲੀ ਬੈਠੇ ਆ? ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਕਿ ਮੈਂ ਹਮੇਸ਼ਾ ਲਈ ਵਾਪਿਸ ਆਇਆ ਸੀ ਇੱਥੇ। ਫਿਰ ਫਿਰ ਕੀ? ਉਹ ਤਾਂ ਜਦੋਂ ਮੈਨੂੰ ਫੋਨ ਆਇਆ ਕਿ ਡੈਡੀ ਜੀ ਬਿਮਾਰ ਨੇ ਤਾਂ ਮੈਂ ਭੱਜਿਆ ਭੱਜਿਆ ਆਇਆ। ਹੁਣ ਉਹ ਠੀਕ ਨੇ, ਹੁਣ ਮੈਂ ਜਾ ਸਕਦਾ।
ਤੇ ਜੇ ਮੈਂ ਉੱਥੇ ਨਾ ਗਿਆ ਤਾਂ ਮੇਰਾ ਸਾਰਾ ਕੰਮ ਰੁਕ ਜਾਣਾ। ਅੱਛਾ ਹੁਣ ਤੂੰ ਗੁੱਸਾ ਨਾ ਕਰ। ਜੇ ਹੁਣ ਤੂੰ ਗੁੱਸਾ ਕਰਕੇ ਬੈਠੀ ਤਾਂ ਪਹਿਲਾਂ ਹੀ ਮੈਂ ਡੈਡੀ ਜੀ ਕਰਕੇ ਬਹੁਤ ਪਰੇਸ਼ਾਨ ਹਾਂ। ਨਾ ਨਾ ਨਵਜੋਤ, ਮੈਂ ਕਾਹਨੂੰ ਗੁੱਸੇ ਹੋਣਾ? ਤੇਰੀ ਆਪਣੀ ਲਾਈਫ ਹੈ, ਆਪਣੀ ਜ਼ਿੰਦਗੀ ਹੈ, ਤੇਰੇ ਆਪਣੇ ਡਿਸੀਜ਼ਨ ਨੇ। ਤੈਨੂੰ ਸੱਚ ਦੱਸਾਂ, ਮੈਂ ਤੇਰੇ ਆਉਣ 'ਤੇ ਬਹੁਤ ਖੁਸ਼ ਸੀ। ਖੁਸ਼ੀ ਤਾਂ ਮੈਨੂੰ ਵੀ ਬਹੁਤ ਹੋਈ ਹੈ ਪਿੰਕੀ, ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਪਰ ਹੁਣ ਤਾਂ ਤੂੰ ਵਾਪਸ ਜਾ ਰਿਹਾ ਹੈ ਨਾ, ਸਾਰਿਆਂ ਦੀ ਖੁਸ਼ੀ ਨੂੰ ਅਧੂਰਾ ਛੱਡ ਕੇ। ਯਾਰ ਸਮਝਿਆ ਕਰੋ। ਬਸ ਨਵਜੋਤ, ਅਸੀਂ ਸਾਰਿਆਂ ਨੇ ਸਮਝ ਹੀ ਜਾਣਾ। ਤੂੰ ਜਾ ਆਪਣਾ ਕੰਮ ਕਰ, ਇਹ ਤਾਂ ਸਾਰਾ ਕੰਮ ਤੇਰੇ ਬਗੈਰ ਰੁਕਿਆ ਪਿਆ ਹੈ ਨਵਜੋਤ। ਸਾਡਾ ਕੀ ਹੈ, ਸਾਨੂੰ ਤਾਂ ਆਦਤ ਪਈ ਹੋਈ ਹੈ। ਕੋਈ ਗੱਲ ਨਹੀਂ, ਤੂੰ ਜਾ। ਪਿੰਕੀ, ਪਿੰਕੀ ਗੱਲ ਤਾਂ ਸੁਣ ਮੇਰੀ। ਪਤਾ ਨਹੀਂ ਕਾਹਤੋਂ ਨਹੀਂ ਸਮਝਦੇ ਸਾਰੇ ਮੈਨੂੰ। ਪਹਿਲਾਂ ਵੀ ਛੱਡ ਕੇ ਚਲਾ ਗਿਆ ਸੀ, ਹੁਣ ਫੇਰ ਚਲਾ ਜਾ। ਉਦੋਂ ਵੀ ਸਬਰ ਕਰ ਲਿਆ ਸੀ, ਹੁਣ ਫੇਰ ਸਬਰ ਕਰ ਲਾਂਗੇ ਤੇਰੇ ਤੋਂ ਬਿਨਾਂ। ਜਾ ਤੂੰ ਆਪਣੀ ਜ਼ਿੰਦਗੀ ਬਣਾ ਜਾ ਕੇ। ਓਏ ਮਾਪਿਆਂ ਦਾ ਕੀ ਹੈ, ਮਾਪਿਆਂ ਦਾ ਤਾਂ ਕੰਮ ਹੀ ਸਬਰ ਕਰਨਾ ਹੁੰਦਾ। ਤੂੰ ਨਾ ਪੁੱਤਰਾ ਸੋਚੀ ਸਾਡੇ ਬਾਰੇ, ਪਿੱਛੇ ਤੇਰੇ ਮਾਂ ਬਾਪ ਤੜਫਦੇ ਹੋਣਗੇ ਤੇਰੇ ਲਈ। ਅੰਜੂ ਵਹਾਉਂਦਾ ਹੋ ਕੋਈ, ਕੋਈ ਤੈਨੂੰ ਚੂਰਦਾ ਹੋ, ਯਾਦ ਕਰਦਾ ਹੋ, ਇਹਨਾਂ ਗੱਲਾਂ ਬਾਰੇ ਨਾ ਸੋਚੀ ਹੋਏ। ਜਾ ਪੁੱਤਰ, ਜਾ, ਜ਼ਿੰਦਗੀ ਬਣਾ ਲੈ। ਜਾ ਓਏ ਪੁੱਤਰਾ, ਜਾ ਚਲਾ ਜਾ, ਕੱਟ ਲਾਂਗੇ ਅਸੀਂ ਜ਼ਿੰਦਗੀ। ਜਾ ਪੁੱਤਰ, ਜਾ ਚਲਾ ਜਾ। ਵਕੀਲ ਦਾ ਤਾਂ ਫੋਨ ਬੰਦ ਸੀ। ਓ ਰੱਬਾ, ਉਹ ਫਿਰ ਗੱਲ ਕਿਹਦੇ ਨਾਲ ਹੋ ਰਹੀ ਸੀ? ਉਹਨਾਂ ਇੱਕ ਜਨਾਨੀ ਜਨਾਨੀ ਉਹ ਕਹਿੰਦੀ ਕਿ ਜਿਹਦੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਉਹਦਾ ਫੋਨ ਇਸ ਵੇਲੇ ਬੰਦ ਹੈ, ਫਿਰ ਦੁਬਾਰਾ ਟਰਾਈ ਕਰਿਓ। ਹਾਏ ਹਾਏ, ਮੈਂ ਕੀ ਕਰਾਂ ਤੁਹਾਡਾ।